ਬਰਤਾਨੀਆ ਸਰਕਾਰ ਵੱਲੋਂ 1984 ਦੀਆਂ ਫਾਈਲਾਂ ਜਨਤਕ ਕਰਨ ਦੇ ਫੈਸਲੇ ਦਾ ਸਵਾਗਤ। ਚੰਦੂ ਮਾਜਰਾ। ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਤਖਤਗੜ੍ਹ ਵਿਖੇ ਯੂਥ ਕਲੱਬਾਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਬਲਾਕ ਦੇ 9 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵਿਤਰਿਤ ਕੀਤੇ। ਉਪਰੰਤ ਅਜੀਤ ਵੈੱਬ ਟੀਵੀ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਰਤਾਨੀਆ ਸਰਕਾਰ ਵੱਲੋਂ 1984 ਦੇ ਦਸਤਾਵੇਜ਼ ਜਨਤਕ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਨਾਲ ਹੀ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ 1984 ਨਾਲ ਸੰਬੰਧਿਤ ਦਸਤਾਵੇਜ਼ ਜਨਤਕ ਕਰਕੇ ਸਿੱਖਾਂ ਦੇ ਦਰਦਾਂ 'ਤੇ ਮੱਲਮ ਲਾਏ। ਨੂਰਪੁਰ ਬੇਦੀ ਤੋਂ ਅਜੀਤ ਵੈੱਬ ਟੀਵੀ ਲਈ ਹਰਦੀਪ ਸਿੰਘ ਢੀਂਡਸਾ ਦੀ ਰਿਪੋਰਟ। ਲੋਕਾਂ ਲਈ ਰਹਿੰਦੇ ਕੰਮ ਸ਼ੁਰੂ ਕਰੀ ਨੇਪਾਲ ਸਰਕਾਰ ਨੇ ਸ਼ੁਰੂ ਕੀਤੇ ਸਨ। ਦੂਜੀ ਗੱਲ ਜੋ ਮੈਂ ਸਮਝਦਾ, ਅੱਜ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਨ ਆ। ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਨ 'ਤੇ ਸਾਨੂੰ 1984 ਦਾ ਉਹ ਭਿਆਨਕ ਦਰਦਮਈ ਕਾਂਡ ਸਾਹਮਣੇ ਆਉਂਦਾ ਜੋ ਸ਼ਹੀਦੀ ਦਿਨ 'ਤੇ ਭਾਰਤ ਸਰਕਾਰ ਨੇ ਫੌਜਾਂ ਟੈਕ ਚੜ੍ਹ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ। ਉਹ ਸੱਚ ਬਰਤਾਨੀਆ ਦੀ ਅਦਾਲਤ ਨੇ ਫੈਸਲਾ ਕਰਕੇ ਲੋਕਾਂ ਦੇ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਉੱਥੋਂ ਫਾਈਲਾਂ ਜਿਹੜੀਆਂ ਨੇ ਸਰਵਜਨਕ ਲਈ ਕਰਨ ਲਈ ਕਿਹਾ। ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਭਾਰਤ ਸਰਕਾਰ ਤੋਂ ਵੀ ਗ੍ਰਹਿ ਮੰਤਰੀ ਜੀ ਨੂੰ ਅਗਲੇ ਹਫ਼ਤੇ ਮਿਲ ਕੇ ਮੰਗ ਕਰਾਂਗੇ ਕਿ ਭਾਰਤ ਸਰਕਾਰ ਵੀ ਉਹ ਸੱਚ ਸਾਹਮਣੇ ਲਿਆਵੇ ਅਤੇ ਉਹ ਫਾਈਲਾਂ ਸਰਵਜਨਕ ਕਰੇ। ਦੂਜੀ ਗੱਲ, ਜਿਹੜੇ ਜੋਧਪੁਰ ਦੇ ਡੈਟਰੀ ਆ ਉਹਨਾਂ ਬਾਰੇ ਹਾਈਕੋਰਟ ਨੇ ਜੋ ਫੈਸਲਾ ਕੀਤਾ, ਭਾਰਤ ਸਰਕਾਰ ਤੋਂ ਜ਼ਰੂਰ ਮੰਗ ਕਰਾਂਗੇ ਕਿ ਉਹ ਅਪੀਲ ਨਾ ਕਰੇ ਤਾਂ ਕਿ ਇੰਨੀ ਦੇਰ ਦਾ ਦਰਦ ਆ ਜਿਹੜਾ ਲੋਕ ਆਪਣੇ ਸੀਨੇ 'ਚ ਨਹੀਂ ਬੈਠੇ ਉਹਨਾਂ ਨੂੰ ਕੋਈ ਰਾਹਤ ਦਿੱਤੀ ਜਾ ਸਕੇ। ਇਹ ਵੀ ਅਸੀਂ ਗ੍ਰਹਿ ਮੰਤਰੀ ਦਾ ਧਿਆਨ ਲਿਆਵਾਂਗੇ।